ਫੋਟੋਗ੍ਰਾਫਰਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਵਿਰੋਧ ਦੇ ਚੱਲਦਿਆਂ ਗਾਇਕ ਮਾਸਟਰ ਸਲੀਮ ਨੂੰ ਆਖਿਰਕਾਰ ਮੀਡੀਆ ਅੱਗੇ ਆ ਕੇ ਮਾਫ਼ੀ ਮੰਗਣੀ ਹੀ ਪਈ। ਜੀ ਹਾਂ, ਫੋਟੋਗ੍ਰਾਫਰਾਂ ਅਤੇ ਸਲੀਮ ਮਾਮਲੇ ਵਿੱਚ ਸਲੀਮ ਨੇ ਇੱਕ ਪ੍ਰੈਸ ਕਾਨਫਰੰਸ ਜ਼ਰੀਏ ਪੰਜਾਬ ਦੇ ਨਾਂ ਨਾਲ ਪੂਰੇ ਇੰਡੀਆ ਦੇ ਫੋਟੋਗ੍ਰਾਫਰਾਂ ਤੋਂ ਮਾਫ਼ੀ ਮੰਗ ਲਈ ਹੈ। ਇਸ ਮੌਕੇ ਸਲੀਮ ਨੇ ਫੋਟੋਗ੍ਰਾਫਰਾਂ ਨੂੰ ਆਪਣਾ ਭਰਾ ਦੱਸਦੇ ਹੋਏ ਕਿਹਾ ਕਿ ਉਹਨਾਂ ਦਾ ਮਕਸਦ ਕਿਸੇ ਨੂੰ ਵੀ ਹਰਟ ਕਰਨਾ ਨਹੀਂ ਸੀ, ਉਹਨਾਂ ਨੇ ਸਿਰਫ ਮਜ਼ਾਕ ਵਿੱਚ ਹੀ ਇਹ ਸਭ ਕੀਤਾ ਹੈ। ਸਲੀਮ ਨੇ ਕਿਹਾ ਕਿ ਉਹ ਜੌਲੀ ਜਿਹੇ ਸੁਭਾਅ ਦੇ ਹਨ ਅਤੇ ਇਸੇ ਸੁਭਾਅ ਦੇ ਚੱਲਦਿਆਂ ਉਹ ਹਮੇਸ਼ਾ ਅਜਿਹੇ ਮਜ਼ਾਕ ਕਰਦੇ ਰਹਿੰਦੇ ਹਨ, ਪਰ ਫਿਰ ਵੀ ਜੇ ਉਹਨਾਂ ਦੀ ਗੱਲ ਨਾਲ ਕਿਸੇ ਨੂੰ ਦੁੱਖ ਪਹੁੰਚਿਆ ਹੈ ਤਾਂ ਉਸ ਲਈ ਮਾਫ਼ੀ ਮੰਗਦੇ ਹਨ। ਮੇਰਾ ਜਿਹੜਾ ਨੇਚਰ ਹੈ ਉਹ ਹੈਗਾ ਬਹੁਤ ਹੱਸਦੇ ਖੇਡਦੇ ਜੌਲੀ ਜਿਹਾ। ਸਾਰੇ ਤੁਸੀਂ ਭਰਾ ਹੋ, ਸਾਰੇ ਕੋਈ ਵੱਡਾ ਹੈ ਕੋਈ ਮੇਰੇ ਤੋਂ ਛੋਟਾ ਹੈ, ਹੱਸਦੇ ਖੇਡਦੇ ਰਹਿੰਦੇ ਹਾਂ ਕਿ ਮੈਂ ਆਪਣੇ ਮੈਨੇਜਰ ਨਾਲ ਵੀ ਮੈਨੇਜਰ ਕਰ ਉਹ ਭਰਾ ਹੈ ਸਾਡਾ, ਉਹਦੇ ਨਾਲ ਵੀ ਹੱਸਦੇ ਖੇਡਦੇ ਰਹਿੰਦੇ ਹਾਂ। ਸਾਰਿਆਂ ਨਾਲ ਮੇਰਾ ਜੌਲੀ ਜਿਹਾ ਨੇਚਰ, ਮੈਂ ਸਟੇਜ 'ਤੇ ਵੀ ਹਰ ਇੱਕ ਗੱਲ ਦੇ ਵਿੱਚ, ਤੁਸੀਂ ਮੇਰੇ ਪ੍ਰੋਗਰਾਮ ਦੇਖੇ ਹੋਣੇ, ਮੈਂ ਤਾਂ ਗੱਲਾਂ ਵੀ ਇਹੋ ਜਿਹੀਆਂ ਕਰਦਾ ਰਹਿੰਦਾ ਸਟੇਜ 'ਤੇ, ਗੱਲ ਕੀ ਆ ਕੀ ਹੋ ਗਿਆ ਕੋਈ ਗੱਲ ਥੋੜ੍ਹੀ ਆ, ਇੱਦਾਂ ਦੀਆਂ ਚੀਜ਼ਾਂ ਤੁਸੀਂ ਨੋਟ ਕੀਤੀਆਂ ਹੋਣੇ ਸਾਰੇ। ਅਤੇ ਮੇਰਾ ਕੋਈ ਪਰਸਨਲ ਤੁਹਾਡੇ ਸਾਰਿਆਂ ਨਾਲ ਕੋਈ ਦੁਸ਼ਮਣੀ ਨਹੀਂ ਮੇਰੀ, ਤੁਸੀਂ ਮੇਰੇ ਨਾਲ ਉਹ ਜ਼ਿਆਦਾ ਕੰਮ ਕਰਦੇ ਹੋ। ਆਪਣਾ ਫੀਲਡ ਇੱਕ ਹੈ, ਜਿਸ ਪ੍ਰੋਗਰਾਮ 'ਤੇ ਮੈਂ ਜਾਂਦਾ ਉਸ ਪ੍ਰੋਗਰਾਮ 'ਤੇ ਤੁਸੀਂ ਜਾਂਦੇ, ਜਿਸ ਪ੍ਰੋਗਰਾਮ ਦੇ ਵਿੱਚ ਮੇਰੀ ਹਾਜ਼ਰੀ ਹੁੰਦੀ ਹੈ ਉਸ ਪ੍ਰੋਗਰਾਮ 'ਚ ਤੁਹਾਡੀ ਥਰੂ ਆਊਟ ਹਾਜ਼ਰੀ ਹੁੰਦੀ ਹੈ, ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਉਹਨੂੰ ਨਿਭਾਉਂਦੇ ਹੋ, ਚਾਹੇ ਵਿਆਹ ਦਾ ਹੋਵੇ, ਮੇਲੇ ਦਾ ਹੋਵੇ ਜਾਂ ਕਿਤੇ ਵੀ ਹੋਵੇ। ਅਤੇ ਮੈਂ ਮੇਰੀ ਕੋਈ ਨਿੱਜੀ ਦੁਸ਼ਮਣੀ ਜਾਂ ਕੋਈ ਮੇਰੀ ਨਿੱਜੀ ਤੁਹਾਡੇ ਨਾਲ ਕੋਈ ਉਹ ਰੰਜਿਸ਼ ਨਹੀਂ ਹੈ, ਹੈ ਨਾ। ਮੈਂ ਹੱਸਦੇ ਖੇਡਦੇ ਨੇ ਕੋਈ ਵੀ ਗੱਲ ਜੇ ਕੀਤੀ ਹੈ, ਜੇ ਉਹਨੂੰ ਤੁਹਾਨੂੰ ਉਹਦਾ ਬੁਰਾ ਲੱਗਾ ਹੈ ਤਾਂ ਉਹਦੇ ਲਈ ਮੈਂ ਅਪੋਲੋਜਾਈਜ਼ ਹਾਂ, ਮੈਂ ਉਹਦੇ ਲਈ ਮਾਫ਼ੀ ਚਾਹੁੰਦਾ, ਬਟ ਮੇਰੀ ਕੋਈ ਤੁਹਾਡੇ ਨਾਲ ਅੰਦਰੋਂ ਕੋਈ ਰੰਜਿਸ਼ ਨਹੀਂ ਹੈ। ਤੁਸੀਂ ਸਾਰੇ ਭਾਰਤ ਦੇ ਕੀ ਸਾਰੀ ਦੁਨੀਆ ਦੇ ਜਿਹੜੇ ਫੋਟੋਗ੍ਰਾਫਰ ਨੇ, ਅਸੀਂ ਤਾਂ ਤੁਰੇ ਉਹਨਾਂ ਦੇ ਸਿਰ 'ਤੇ ਫਿਰਦੇ, ਸਾਡੀਆਂ ਫੋਟੋਆਂ ਜਿਹੜੀਆਂ ਦੇਖਦੇ ਨੇ ਲੋਕ ਉਹ ਤੁਸੀਂ ਖਿੱਚਦੇ ਹੋ ਅਤੇ ਦੇਖਦੇ ਨੇ, ਤੁਹਾਡੇ ਤੋਂ ਬਿਨਾਂ ਕਿਸੇ ਕੰਮ ਦੇ ਨਹੀਂ ਅਸੀਂ। ਜਦੋਂ ਸਾਨੂੰ ਬੁਲਾਉਂਦੇ ਨੇ ਤਾਂ ਖਾਸ ਕਰਕੇ ਇਹ ਵੀ ਲਿਖਿਆ ਜਾਂਦਾ ਹੈ ਕਿ ਯਾਰ ਫੋਟੋਗ੍ਰਾਫਰ ਕਿਹੜਾ ਸ਼ਹਿਰ 'ਚ ਅੱਛਾ ਉਹਨੂੰ ਵੀ ਬੁਲਾਈ, ਹੈ ਨਾ। ਮੈਂ ਕੋਈ ਰੰਜਿਸ਼ ਨਾਲ ਜਾਂ ਮੈਂ ਕੋਈ ਤੁਹਾਡੇ ਦਿਲ ਦਿਖਾਉਣ ਕਰਕੇ ਨਹੀਂ, ਮੇਰਾ ਉਹ ਸੁਭਾਅ ਮੈਂ ਕਰਦਾ ਰਹਿੰਦਾ, ਬਟ ਜੇ ਤੁਹਾਨੂੰ ਕੋਈ ਉਹਨਾਂ 'ਚੋਂ ਗੱਲ ਮਾੜੀ ਲੱਗੀ ਹੈ ਜਾਂ ਕੋਈ ਤੁਹਾਨੂੰ ਹਰਟ ਕੀਤੀ ਉਹਦੇ ਲਈ ਮੈਂ ਅਪੋਲੋਜਾਈਜ਼ ਕਰਦਾ, ਥੈਂਕ ਯੂ। ਉੱਧਰ ਇਸ ਸੰਬੰਧੀ ਫੋਟੋਗ੍ਰਾਫਰ ਏਕਤਾ ਫਗਵਾੜਾ ਵੱਲੋਂ ਸਮੂਹ ਫੋਟੋਗ੍ਰਾਫਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਲੀਮ ਨੇ ਹੁਣ ਮਾਫ਼ੀ ਮੰਗ ਲਈ ਹੈ, ਇਸ ਲਈ ਕੋਈ ਵੀ ਹੁਣ ਸਲੀਮ ਪ੍ਰਤੀ ਗਲਤ ਟਿੱਪਣੀ ਨਾ ਕਰੇ। ਬਿਊਰੋ ਰਿਪੋਰਟ, ਸਾਈਂ ਟੀਵੀ। ਨਵੀਆਂ ਅਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ। ਹੁਣ ਵਧੀਆ HD ਕੁਆਲਿਟੀ ਦੇ ਦੇਸ਼ ਵਿਦੇਸ਼ ਬ੍ਰੌਡਕਾਸਟਿੰਗ ਲਈ ਲਾਈਵ ਬ੍ਰੌਡਕਾਸਟ ਲਈ ਅੱਜ ਹੀ ਕਾਲ ਕਰੋ ਹਰਦੀਪ ਸਿੰਘ ਧੱਗੜ ਨੂੰ 99 154 23 251।